ਗੁਰਦਾਸਪੁਰ ਨੂੰ ਹੀ ਬਚਾਇਆ ਸੀ ਉਦੋਂ। ਇਹਨਾਂ ਨੇ ਗੱਡੀ ਜਿਹੜੀ ਅੱਗ ਲੱਗੀ ਹੋਈ ਸੀ ਉਹਨੂੰ ਜਿਹੜਾ ਕੱਟਿਆ, ਅਲੱਗ ਕੀਤਾ, ਬਿਮਾਰੀ ਹੋ ਰਹੀ ਸੀ ਉਸ ਵੇਲੇ, ਔਰ ਉਸ ਦੇ ਨਾਲ ਇਹਨਾਂ ਨੇ ਸਾਰੇ ਗੁਰਦਾਸਪੁਰ ਦੀ ਰੱਖਿਆ ਕੀਤੀ। ਨਹੀਂ ਤਾਂ ਉੱਥੇ 72 ਵੈਗਨ ਸੀ ਤੇਲ ਦੇ, ਅਗਰ ਉਹ ਬਲਾਸਟ ਹੋ ਜਾਂਦੇ ਤਾਂ ਗੁਰਦਾਸਪੁਰ ਦਾ ਹੀ ਸਾਰਾ ਕੰਮ ਖਰਾਬ ਹੋ ਜਾਣਾ ਸੀਗਾ। ਅਤੇ ਇਹਨਾਂ ਨੇ ਬੜੀ ਵੱਡੀ ਸ਼ਹੀਦੀ ਦਿੱਤੀ ਹੈ। ਮਾਲਕ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ, ਪਰਿਵਾਰ ਨੂੰ ਖੁਸ਼ੀਆਂ ਬਖਸ਼ੇ। ਪਰਿਵਾਰ ਨੂੰ ਦਿੱਤੀ ਜਾਂਦੀ ਹੈ, ਆਉਣਾ ਵੀ ਚਾਹੀਦਾ ਉਹਨਾਂ ਨੂੰ, ਲੇਕਿਨ ਨਹੀਂ ਆਉਂਦੇ ਤਾਂ ਇਹਦੇ ਬਾਰੇ ਅਸੀਂ ਤਾਂ ਕੁਛ ਨਹੀਂ ਕਹਿ ਸਕਦੇ। ਰੇਲਵੇ ਵੱਲੋਂ ਕਿਉਂ ਨਹੀਂ ਮਨਾਇਆ ਜਾਂਦਾ ਵੱਡੇ ਪੱਧਰ 'ਤੇ? ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ ਜੀ। ਇਹ ਪਰਿਵਾਰ ਜਿਹੜਾ ਆਪਣੇ ਤੌਰ 'ਤੇ ਲਿਖਤ ਭੇਜ ਦਿੰਦਾ ਉਹਨਾਂ ਨੂੰ, ਅਤੇ ਉਹਨਾਂ ਨੂੰ ਆਉਣਾ ਵੀ ਚਾਹੀਦਾ। ਆਉਣਾ ਬਿਲਕੁਲ ਆਉਣਾ ਚਾਹੀਦਾ ਉਹਨਾਂ ਨੂੰ। ਕਿਸੇ ਨਾ ਕਿਸੇ, ਅਗਰ DRM ਨਹੀਂ ਆ ਸਕਦੇ ਤਾਂ ਸੀਨੀਅਰ DM ਆਉਣ, ਕੋਈ ਹੋਰ ਅਫਸਰ ਆਏ, ਕੋਈ ਨਾ ਕੋਈ ਅਫਸਰ ਆਉਣਾ ਚਾਹੀਦਾ। ਲੇਕਿਨ ਲੰਬੇ ਸਮੇਂ ਤੋਂ ਕਦੀ ਵੀ ਕੋਈ ਅਫਸਰ ਨਹੀਂ ਆਇਆ।